بسم اللہ الرحمن الرحیم، میں جی محمد سرفراز ایس ویلے گیلنڈ فاٹک پتو کی چھانگا سرکار نرسری تے جناب شاہ صاحب دے کول بیٹھا تے نال نے ساڈے جناب مرزا نویز صاحب، مرزا نویز صاحب جڑے آ پلانٹس تے ایک انی گرفت رکھ دے کہ اتھارٹی انہاں نوں کیا جاندا۔ مرزا صاحب السلام علیکم جی۔ مرزا صاحب اسی اج کل جڑا نا جی ٹرینڈ پنجاب دے وچ چل گیا پپیتے دا، تے پپیتے دے بارے تہاڈے توں کچھ سوال جواب کراں گے جی۔ پہلاں تسی یہ دسو جڑے پپیتا آ یہ ہائیبرڈ لانا چاہیے یا دیسی لانا چاہیے جی؟ دیکھو جی آج کل دنیا کے چلی گئی بہت زیادہ۔ اچھا جی، ساڈے جے تسی روٹین چ لگے رہو گے تو دنیا تو بہت رہ جاؤ گے پیچھے جی۔ اصل طریقہ تو یہی ہے اور بندہ بھی یہی ہے اور دنیا اور ساری جڑی کہہ لو کہ ٹیکنالوجی کے سامنے ہائیبرڈ تے ہی جانا چاہیے۔ ٹھیک ہے، فائدہ یہی ہے کہ تانوں میل فی میل دا مسئلہ ختم ہو جاتا ہے، فارمر دی جگہ بچ جاندی ہے، اونوں جا کے پولینیشن نہیں کرنی پے جی۔ تے ہائیبرڈ دے وچ کنیاں ک ورائٹیاں پاکستان دے وچ ہے؟ پاکستان چ جناب اس لیے یوریکا چل رہی ہے، ریڈ لیڈی چل رہی ہے جی، اور ایک ادھی ہو رہا ہے او دا سانتا، سانٹا وہ ہون آئی ہے اور اسی سال آئی ہے۔ ٹھیک ہے، او دا حالے فی الحال رزلٹ لوکاں نوں آنا ہے جی۔ ریڈ لیڈی جی تے جڑا یوریکا ہے او اس مطلب بیسٹ چل رہا ہے، یوریکا اندروں لال ہوندا ہے جی تے جڑا اپنا ریڈ لیڈی ریڈ ہوندا ہے جی، جڑا یوریکا ہے گا وہ نارمل ساڈے پپیتا جڑا دیسی پپیتا ہے اسی سائز دا ہی ہوندا۔ اچھا سر، کڈا کا پودا لانا چاہیے کھیت دے وچ منتقل کرنا؟ میں کاشتکاراں واسطے معلومات اکٹھی کر رہا ہوں جی۔ تقریباً چار تو اٹھ انچ۔ ہاں جی، لیکن گل تو وہی ہے جن دی نے کہ کیئر کس طرح کردا ہے۔ ہاں جی، ہن تسی کیئر دے متعلق کئی فارمر نے ہاں جی وہ 7 انچ دی لے آندے، وہ 1 فٹ دے اوپر آ کے ٹرانسپلانٹ پلانٹ کر دیں۔ ہاں جی، اپنا اپنا ہر ایک دا طریقہ ہے کہ کس لیول تے سنبھال سکدا ہے، کو کس لیول تے سنبھالدا ہے۔ ਇਸ ਦਫਾ ਨਾ ਜੀ ਪਪੀਤੇ ਦੇ ਉੱਤੇ ਪਤਾ ਨਹੀਂ ਹੁਣ ਉਹ ਕੀ ਬਿਮਾਰੀ ਹੋਏਗੀ, ਉਹਦੀ ਉੱਪਰਲੇ ਜਿਹੜੇ ਹੁੰਦੇ ਨੇ ਜੀ ਕੁੰਬਲ ਦੇ ਪੱਤੇ ਉਹ ਇਕੱਠੇ ਹੋ ਗਏ। ਵਾਇਰਸ ਹੈਗਾ ਉਹ, ਉਹਨੂੰ ਵਾਇਰਸ ਕਹਿੰਦੇ ਨੇ, ਵਾਈਟ ਫਲਾਈ ਵੀ ਬਹੁਤ ਪੈਂਦੀ ਹੈ ਇਹਨੂੰ ਜੀ, ਉਹਨੂੰ ਫੰਗਸ ਵਾਇਰਸ ਲੱਗਦਾ ਇਹਨੂੰ ਬਹੁਤ ਜ਼ਿਆਦਾ। ਜਿਸ ਜ਼ਮੀਨ 'ਚ ਕਲਰ ਹੋਏਗਾ ਜਾਂ ਨਮਕੀਆਤ ਪਾਣੀ ਦੇ ਬਰਾਬਰ ਨਹੀਂ ਹੋਣਗੇ ਉੱਥੇ ਲਾਜ਼ਮੀ ਹੁੰਦਾ, ਉੱਥੇ ਲਾਜ਼ਮੀ। ਉਹਦੇ ਤੋਂ ਬਚਣ ਲਈ ਕੋਈ ਤਰੀਕਾ? ਸਪਰੇਅ ਨੇ ਅੰਦਰ ਜਿਹੜੀ, ਤੁਸੀਂ ਸਭ ਤੋਂ ਪਹਿਲੇ ਲਾਉਣ ਦੇ ਫਾਰਮਰ ਵਾਸਤੇ ਤਾਂ ਇਹ ਹੀ ਕਿ ਆਪਣੀ ਜ਼ਮੀਨ ਦਾ ਟੈਸਟ ਕਰਵਾਵੇ, ਪਾਣੀ ਦਾ ਟੈਸਟ ਕਰਵਾਵੇ ਜੀ, ਉਸ ਹਿਸਾਬ ਨਾਲ ਲਾਵੇ ਜੀ, ਫਿਰ ਉਹ ਅਗਰ ਸੂਟ ਕਰਦੀ ਹੈ ਤਾਂ ਲਾਵੇ, ਨਹੀਂ ਸੂਟ ਕਰਦੀ ਤਾਂ ਨਾ ਲਾਵੇ, ਨੁਕਸਾਨ ਹੋਏਗਾ ਉਹਨੂੰ ਜੀ। ਸੂਟ ਕਰਦੀ ਵਾਸਤੇ ਕੀ ਪਤਾ ਲੱਗੇ ਸਾਨੂੰ ਕਿ ਉਹਦੀ ਟੈਸਟ ਕਰਵਾਏਗਾ, ਪਤਾ ਲੱਗ ਜਾਏਗਾ ਨਮਕੀਆਤ ਕਿੰਨੇ ਨੇ ਉਹਦੇ 'ਚ, ਸਾਲਟ ਕਿੰਨਾ ਹੈਗਾ ਜ਼ਮੀਨ 'ਚ, ਸਾਲਟ ਕਿੰਨਾ, ਉਹਦੇ ਪਾਣੀ ਦੀ ਸਾਲਟ ਕਿੰਨਾ। ਜਿੱਥੋਂ ਟੈਸਟ ਕਰਾਉਣਾ ਉਹ ਹੀ ਦੱਸ ਦੇਣਗੇ ਜੀ? ਉਹ ਦੱਸਣਗੇ, ਪੂਰੀ ਫਿਜ਼ੀਬਿਲਿਟੀ, ਪੂਰੀ ਰਿਪੋਰਟ ਬਣਾ ਕੇ ਦਿੰਦੇ। ਅੱਛਾ ਜੀ, ਚਲੋ ਜੀ, ਅਸੀਂ ਇਨਸਾਨ ਲਾਲਚੀ ਹੈ ਕਿਉਂਕਿ ਇਹਦੇ ਬਾਰੇ ਕਿਹਾ ਜਾਂਦਾ ਇਹਦੇ 'ਚ ਪ੍ਰੋਫਿਟ ਬਹੁਤ ਜ਼ਿਆਦਾ ਅਤੇ ਹਰ ਬੰਦੇ ਦਾ ਦਿਲ ਕਰਦਾ ਮੈਂ ਲਾਵਾਂ, ਲਾਉਣਾ ਚਾਹੀਦਾ। ਹਾਂਜੀ, ਅਤੇ ਉਹਦੇ ਵਾਸਤੇ ਫਿਰ ਕੀ ਕਰਨਾ ਚਾਹੀਦਾ ਸਾਨੂੰ ਜੀ, ਕੋਈ ਖਾਦਾਂ ਦੇ ਬਾਰੇ, ਕੋਈ ਸਪਰੇਆਂ ਦੇ ਬਾਰੇ? ਦੇਖੋ ਜੀ, ਖਾਦ ਤੇ ਅਕੋਰਡਿੰਗ ਟੂ ਪੈਣੀ ਚਾਹੀਦੀ ਹੈ ਤੁਹਾਡੀ ਜ਼ਮੀਨ ਦੇ ਟੈਸਟ ਦੇ ਬਰਾਬਰ। ਠੀਕ ਹੈ, ਅਗਰ ਤੁਹਾਡੇ ਨਮਕੀਆਤ ਜ਼ਿਆਦਾ ਨੇ, ਮੈਂ ਤੁਹਾਨੂੰ ਕਹਿ ਦੇਵਾਂ ਤੁਸੀਂ ਜੀ ਉਹ ਫਲਾਣੀ ਖਾਦ ਫਲਾਣਾ ਨਾ ਫਲਾਣੀ ਚੀਜ਼ ਪਾ ਦਿਓ। ਸਪੋਜ਼ ਮੈਂ ਤੁਹਾਨੂੰ ਕਹਿੰਦਾ NPK ਲਾ ਦਿਓ, ਹਾਂਜੀ NPK ਦੇ ਲੈ ਲਓ, ਐਗਰੋ ਵਾਲਿਆਂ ਕੋਲ ਲੈ ਲਓ, ਕਿਸੇ ਕੋ ਵੀ ਲੈ ਲਓ ਜੀ, ਲੇਕਿਨ ਪਤਾ ਲੱਗੇ ਤੁਹਾਡੇ ਪਹਿਲੇ ਸਾਲਟ ਜ਼ਿਆਦਾ ਹੈ, ਤੁਹਾਡੀ ਫਸਲ ਲੱਗਦੇ ਪੌਦਾ 2-15 ਦਿਨ 20 ਦਿਨ ਦੇ ਅੰਦਰ ਹੀ ਬੈਡ ਮਰ ਜਾਏਗਾ ਜੀ। ਉਹ ਇਸ ਲਈ ਮੈਂ ਇਹਨੂੰ ਤੁਹਾਨੂੰ ਇਸ ਚੀਜ਼ ਦਾ ਗਾਈਡ ਨਹੀਂ ਕਰਾਂਗਾ ਕਦੀ ਵੀ ਕਿ ਮੈਂ ਤੁਹਾਨੂੰ ਕੋਈ ਨਾ ਦੱਸਾਂ ਖਾਦ ਦਾ, ਕਿ ਉਹ ਪਹਿਲੇ ਪਾਓ ਅਤੇ ਫਿਰ ਤੁਹਾਡੀ ਫਸਲ ਲਾਓ, ਅਤੇ ਪਤਾ ਲੱਗੇ ਉਹ ਭਾਈ ਸਾਹਿਬ ਕਰਨ, ਕੋਈ ਜ਼ਿੰਮੇਦਾਰ ਭਾਈ ਸਾਡਾ ਅਤੇ ਬਾਜ਼ਰ ਹੁੰਦਾ ਹੋਏ ਕਿ ਮੇਰੇ ਨਾਲ ਕੀ ਬਣਿਆ। ਅਤੇ ਫਿਰ ਅਸੀਂ ਕਿਹਦੇ ਕੋਲੋਂ ਇਹ ਲਈਏ ਜੀ? ਦੱਸਿਆ ਨਾ ਉਹਦਾ ਤਰੀਕਾ ਹੈ ਕਿ ਪਹਿਲੇ ਤੁਸੀਂ ਆਪਣੀ ਜ਼ਮੀਨ ਅਤੇ ਪਾਣੀ ਟੈਸਟ ਕਰਵਾਓ। ਅੱਛਾ ਜੀ, ਉਹਦੇ ਬਾਅਦ ਉਹ ਤੁਹਾਨੂੰ ਖੁਦ ਦੱਸ ਦੇਣਗੇ ਕਿ ਕਿਸ ਚੀਜ਼ ਦੀ ਕਮੀ ਅਤੇ ਕਿਸ ਚੀਜ਼ ਦੀ ਇਹਦੀ ਵਾਧਾ ਹੈਗਾ। ਅੱਛਾ ਜੀ, ਉਹ ਉਸ ਹਿਸਾਬ ਨਾਲ ਪੂਰਾ ਕਰਕੇ। ਖਾਦਾਂ ਤਾਂ ਬੇਸ਼ੁਮਾਰ ਦੁਨੀਆ ਪਈਆਂ ਨੇ, ਕਿਸੇ ਕਿਸਮ ਦੀ ਵੀ ਇਸਤੇਮਾਲ ਕਰ ਲਓ, ਔਰਗੈਨਿਕ ਇਸਤੇਮਾਲ ਕਰ ਲਓ, ਤੁਸੀਂ ਆਪਣਾ ਜਿਹੜੀ NPK ਵਗੈਰਾ ਗੋਰਿਆਂ ਦੀ ਆਉਂਦੀ ਉਹ ਇਸਤੇਮਾਲ ਕਰ ਲਓ ਜੀ। ਜੀ ਠੀਕ ਹੋ ਗਿਆ। ਅਤੇ ਜਿਹੜਾ ਹੁਣ ਅੱਜ ਕੱਲ੍ਹ ਵਾਇਰਸ ਆਇਆ ਜਾਂ ਫਰੂਟ ਫਲਾਈ, ਇਹ ਫਰੂਟ ਫਲਾਈ ਵਾਈਟ ਫਲਾਈ ਨਹੀਂ ਸਰ, ਫਰੂਟ ਫਲਾਈ ਡੇਂਜਰਸ ਹੈ, ਵਾਈਟ ਫਲਾਈ ਤੇ ਇੰਨੀ ਡੇਂਜਰਸ ਨਹੀਂ ਹੈ। ਅੱਛਾ, ਫਰੂਟ ਫਲਾਈ, ਹਾਂਜੀ, ਫਰੂਟ ਫਲਾਈ ਬਹੁਤ ਡੇਂਜਰਸ ਹੈ। ਹਾਂਜੀ, ਲੇਕਿਨ ਹਲੇ ਤੱਕ ਪਪੀਤੇ ਤੇ ਇਹਨਾਂ ਅਟੈਕ ਦਾ ਦਾ ਨਹੀਂ ਹੈ, ਬੇਸਿਕਲੀ ਔਰੇਂਜ ਨੂੰ ਜ਼ਿਆਦਾ ਪੈਂਦੀ ਹੈ ਹਾਂਜੀ, ਬਹੁਤ ਡੇਂਜਰਸ ਹੈ, ਮੈਂਗੋ ਨੇ ਬਹੁਤ ਪੈਂਦੀ ਹੈ। ਠੀਕ ਹੈ, ਗਾਵਾਂ ਨੂੰ ਬਹੁਤ ਪੈਂਦੀ ਜੀ, ਗਾਵਾਂ ਨੂੰ ਤਾਂ ਪੈਂਦੀ ਹਾਂਜੀ, ਗਾਵਾਂ ਦਾ ਤਾਂ ਬੇੜਾ ਗਰਕ ਕਰ ਦਿੰਦੀ ਹੈ। ਅਤੇ ਇਹ ਜਿਹੜਾ ਹੁਣ ਵਾਇਰਸ ਹੈ ਇਹਦੇ ਤੋਂ ਇਹਦਾ ਇਲਾਜ ਹੈ? ਇਲਾਜ ਹੈ, ਸਪਰੇਅ ਨੇ ਮੁਖਤਲਿਫ ਮਾਰਕੀਟ 'ਚ ਸਪਰੇਅ ਅਵੇਲੇਬਲ ਨੇ। ਹਾਂਜੀ, ਤੋ ਆਪਣੇ ਹਿਸਾਬ ਨਾਲ ਜੋ ਵੀ ਉਹਨਾਂ ਨੂੰ ਸੂਟ ਕਰਦਾ ਉਹ ਲੈ ਕੇ, ਤਾਂ ਇਹ ਕੋਈ ਵੱਡੀ ਵੱਡੀ ਮਸਲਾ ਨਹੀਂ, ਲੇਕਿਨ ਕੇਅਰ ਜ਼ਰੂਰੀ ਹੈ। ਕੇਅਰ ਕੀ ਇਹਦੀ ਹੁੰਦੀ ਹੈ? ਸਪਰੇਅ ਦੀ ਕੇਅਰ, ਟਾਈਮਿੰਗ ਜੀ, ਇਹ ਚੀਜ਼ ਦੀ ਜ਼ਰੂਰੀ ਹੈ ਕਿ ਤੁਸੀਂ ਜਿਸ ਤਰ੍ਹਾਂ ਲਾਉਂਦੇ, ਤੁਹਾਨੂੰ ਅਗਰ ਉੱਤੇ ਚੈੱਕ ਨਹੀਂ ਕਰ ਰਿਹਾ ਬੰਦਾ ਇਹ ਵੀ ਉਦੋਂ ਅਟੈਕ ਸ਼ੁਰੂ ਹੋ ਗਿਆ, ਤਾਂ ਸਪਰੇਅ ਉਹਨੂੰ ਕਰਨਾ ਜ਼ਰੂਰੀ ਹੈ ਉਸ ਵੇਲੇ। ਅਗਰ ਤੁਸੀਂ ਨਹੀਂ ਕਰੋਗੇ, ਉਹ ਇੱਕ ਤੋਂ ਦੂਸਰੇ, ਦੂਸਰੇ ਤੀਸਰੇ ਤੁਹਾਡੀ ਪੂਰੀ ਫਸਲ ਖਰਾਬ ਕਰ ਦੇਗਾ।
ਨਵੀਦ ਸਾਹਿਬ ਇਸ ਵੇਲੇ ਹਾਲਾਤ ਇਹ ਆ ਪੰਜਾਬ ਦੀ ਮੈਂ ਗੱਲ ਕਰਾਂਗਾ ਕਿ ਲੋਕਾਂ ਨੇ ਨਰਸਰੀਆਂ ਲਾਈਆਂ ਆਪਣੇ ਬੀਜ ਲਾਏ ਆ ਹਜ਼ਾਰਾਂ ਏਕੜਾਂ ਦੀ, ਲੇਕਿਨ ਇਹ ਰੌਲਾ ਸੁਣ ਕੇ ਨਾ ਜੀ ਵਾਇਰਸ ਦਾ ਲੋਕ ਹੁਣ ਆਪਣੀਆਂ ਉਹ ਨਰਸਰੀਆਂ ਜਿਹੜੀਆਂ ਬਰਬਾਦ ਕਰ ਰਹੇ ਆ, ਜ਼ਾਇਆ ਕਰ ਰਹੇ ਆ, ਡਰ ਗਏ ਆ। ਡਰਨ ਦੀ ਜ਼ਰੂਰਤ ਨਹੀਂ ਹੈ, ਇਹਦਾ ਕੋਈ ਇਸ ਤਰ੍ਹਾਂ ਖੁਦਾ ਨਾ ਖਾਸਾ ਮਸਲਾ ਨਹੀਂ ਹੈ ਕਿ ਇਹਦਾ ਕੋਈ ਹੱਲ ਨਹੀਂ ਹੈਗਾ, ਐਸੀ ਗੱਲ ਡਰਨ ਦੀ ਜ਼ਰੂਰਤ ਨਹੀਂ ਹੈ, ਕਿਸੇ ਨੂੰ ਵੀ ਡਰਨ ਦੀ ਜ਼ਰੂਰਤ ਨਹੀਂ ਹੈ। ਲਾਨ ਮਿਹਨਤ ਉੱਤੇ ਜ਼ਿਆਦਾ ਹੋ ਜਾਏਗੀ ਥੋੜ੍ਹੀ ਜਿਹੀ, ਅੱਗੇ ਜੇ ਅਟੈਕ ਹੋਏ ਤਾਂ ਮਿਹਨਤ ਜ਼ਿਆਦਾ ਹੋ ਜਾਏਗੀ, ਬਾਕੀ ਅਗਰ ਮਿਹਨਤ ਦਾ ਫਲ ਤਾਂ ਫਿਰ ਅੱਲਾ ਦਿੰਦਾ ਹੀ ਹੈ, ਲੇਕਿਨ ਸਪਰੇਅ ਵਰੇ ਅਵੇਲੇਬਲ ਨੇ, ਕੋਈ ਇਹਦੀ ਮਸਲੇ ਵਾਲੀ ਗੱਲ ਨਹੀਂ ਹੈ। ਅੱਛਾ, ਦੂਸਰਾ ਲੋਕ ਹੁਣ ਡਰ ਰਹੇ, ਕਹਿੰਦੇ ਇੰਨਾ ਲੱਗ ਗਿਆ ਇਹਦੀ ਮਾਰਕੀਟਿੰਗ ਦਾ ਮਸਲਾ, ਇਹ ਵਿਕਦਾ ਨਹੀਂ, ਹੈ ਕੋਈ ਐਸਾ ਮਸਲਾ ਤੁਹਾਡੇ ਹੱਥ? ਨਹੀਂ ਸਰ, ਮੈਂ ਤਾਂ ਨਹੀਂ ਦੇਖਿਆ ਜੀ ਮਾਰਕੀਟਿੰਗ ਦਾ ਮਸਲਾ। ਹਾਂਜੀ, ਇਹਦਾ ਟਾਈਮ ਅਸੂਲੀ ਤਰੀਕਾ ਹੈ ਕਿ ਆਮ ਫਸਲ ਦੀ ਤਰ੍ਹਾਂ ਇੱਕ ਟਾਈਮ 'ਤੇ ਨਹੀਂ ਉਤਰਦਾ। ਅੱਛਾ ਜੀ, ਇਹ ਇਸ ਤਰ੍ਹਾਂ ਹੀ ਹੈ, ਡੇਲੀ ਦੀ ਡੇਲੀ ਜਦੋਂ ਉਹਦਾ ਟਾਈਮ ਉਹਦੀ ਮੈਚੋਰਟੀ ਆ ਜਾਏਗੀ ਤਾਂ ਉਹ ਜਾ ਕੇ ਵਿਜ਼ਿਟ ਕਰਨੇ ਪੈਂਦੇ ਨੇ, ਉਹਦੇ ਦਾਣੇ ਲਾਣੇ ਪੈਂਦੇ ਨੇ, ਪੈਕ ਕਰਨੇ ਪੈਂਦੇ ਜੀ। ਠੀਕ ਹੈ ਨਾ, ਤੁਸੀਂ ਇਹ ਨਹੀਂ ਕਹਿ ਸਕਦੇ ਜਿਸ ਤਰ੍ਹਾਂ ਮਹਿੰਗੋ ਹੈ, ਇੱਕ ਦਫ਼ਾ ਤੁਸੀਂ ਖੜੇ ਹੋਏ ਤਾਂ ਜਨਾਬ ਸਾਰੀ ਫਸਲ ਇੱਕ ਦਫ਼ਾ ਲਾ ਲਈ ਤਾਂ ਪੇਟੀਆਂ 'ਚ ਪਾਣੀ ਜ਼ਰੂਰੀ ਹੋ ਗਈ। ਹਾਂਜੀ, ਇਹਦਾ ਤਾਂ ਬਹੁਤ ਫਾਇਦਾ ਹੈਗਾ ਕਿ ਇਹਦਾ ਟਾਈਮ ਕਾਫੀ 3 ਤੋਂ 4-6 ਮਹੀਨੇ ਤੱਕ ਚਲਾ ਜਾਂਦਾ। ਅੱਛਾ ਜੀ, ਜਿਹੜਾ ਪੱਕਦਾ ਜਾਂਦਾ ਦਾਣਾ ਕੱਚਾ ਪੱਕਾ ਹੁੰਦਾ ਉਹਨੂੰ ਲਾਈ ਜਾਂਦੇ ਨੇ, ਬਾਹਰ ਲਪੇਟੀ ਜਾਂਦੇ ਨੇ ਅਤੇ ਪੇਟੀਆਂ 'ਚ ਪੈਕ ਕਰੀ ਜਾਂਦੇ ਜੀ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਸਰ, ਜਿਹੜੀਆਂ ਜ਼ਰੂਰੀ ਜ਼ਰੂਰੀ ਗੱਲਾਂ ਸੀ ਤੁਸੀਂ ਦੱਸੀਆਂ, ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ ਜੀ। ਸਾਬਤ ਇਹ ਹੋਇਆ ਜੀ ਕਿ ਸਾਨੂੰ ਇਹ ਲਾਣਾ ਚਾਹੀਦਾ, ਪ੍ਰੋਫਿਟੇਬਲ ਕ੍ਰਾਪ ਆ, ਇਹਦੇ ਤੋਂ ਡਰਨਾ ਨਹੀਂ ਚਾਹੀਦਾ। ਤੇ ਹਾਂ ਜੀ, ਉਹ ਬਾਰਿਸ਼ਾਂ ਦਾ ਇਹਦੇ ਤੇ ਜਾਂ ਗਰਮੀ ਹੋਏਗਾ ਤੇ ਉਹ ਫੰਗਸ ਦਾ ਅਟੈਕ ਹੀ ਹੁੰਦਾ ਇਹਦੇ ਤੇ, ਇਹਦੀ ਰੂਟ ਰੋਟ ਹੋ ਜਾਂਦੀ ਹੈ। ਅੱਛਾ ਜੀ, ਜੜਾਂ ਗਲ ਜਾਂਦੀਆਂ ਨੇ ਤੇ ਫੰਗਸ ਦਾ ਅਟੈਕ ਹੁੰਦਾ। ਇਹ ਉਹੀ ਉਹਦੀ ਜਿਹੜੀ ਫੰਗਸ ਦੀ ਦਵਾਈਆਂ ਨੇ ਉਹ ਜੋ ਇਸਤੇਮਾਲ ਹੋਏਗੀ, ਇੱਕੋ ਹੀ ਦਵਾਈ ਹੈ, ਉਹ ਸਾਰੀ ਦੋਵੇਂ ਚੀਜ਼ਾਂ ਨੂੰ ਕਵਰ ਕਰੇਗੀ। ਪਾਣੀ ਦਾ ਕੰਟਰੋਲ ਕਰਨਾ, ਰੈਡਮਲ ਗੋਲਡ 800 mm, ਮੇਨ ਚੀਜ਼ ਸਾਰੇ ਆ ਵੀ ਉਹਦਾ ਟਾਈਮਿੰਗ ਦੇਖਣੀ ਹੈ, ਟਾਈਮਿੰਗ ਦੇਖਣੀ। ਅਸੀਂ ਸਤੰਬਰ 'ਚ ਅਕਤੂਬਰ 'ਚ ਲਾ ਸਕਦੇ ਹਾਂ, ਬਿਹਤਰੀਨ ਟਾਈਮ ਹੈ ਜੀ। ਸਰਦੀ ਅਸੀਂ ਉਹਨੂੰ ਛਾਪਰ ਦੇ ਥੱਲੇ ਕੱਢ ਲਾਂਗੇ। ਅੱਛਾ ਜੀ, ਅੱਗੋਂ ਸਾਡਾ ਪੌਦਾ ਗਰਮੀ ਸਰਵਾਈਵ ਕਰ ਜਾਏਗਾ। ਠੀਕ ਹੈ ਜੀ, ਠੀਕ ਹੋ ਗਿਆ। ਲੇਕਿਨ ਅਗਰ ਅਸੀਂ ਉਹਨੂੰ ਗਲਤ ਟਾਈਮ 'ਤੇ ਲਾ ਰਹੇ ਹਾਂ, ਜਨਵਰੀ ਫਰਵਰੀ ਮਾਰਚ ਅਪ੍ਰੈਲ 'ਚ ਲਾ ਰਹੇ ਹਾਂ, ਅੱਗੋਂ ਜਦੋਂ ਸਾਡਾ ਬਾਰਿਸ਼ਾਂ ਦਾ ਮੌਸਮ ਆਏਗਾ ਪੌਦਾ ਛੋਟਾ ਹੋਵੇ। ਹਾਂਜੀ, ਮਈ ਜੂਨ 'ਚ ਲਗਾਏ ਲੋਕਾਂ ਨੇ, ਜਿਹੜਾ ਤੁਸੀਂ ਵਾਇਰਸ ਕਹਿ ਰਹੇ ਜੇ ਨਾ, ਹਾਂਜੀ, ਇਹਨਾਂ ਬਾਰਿਸ਼ਾਂ ਤੋਂ ਬਾਅਦ ਹੀ ਆਇਆ ਨਾ। ਹਾਂਜੀ, ਬਾਰਿਸ਼ਾਂ ਤੋਂ ਬਾਅਦ ਨਹੀਂ ਆਇਆ ਜੀ, ਸਾਨੂੰ ਇਹ ਬਾਰਿਸ਼ਾਂ ਗੁਜ਼ਾਰ ਕੇ ਲਾ ਲੈਣਾ ਚਾਹੀਦਾ। ਜਨੀ ਇਹ ਬਾਰ ਜਨਵਰੀ ਜਿਹੜਾ ਜਨਵਰੀ 'ਚ ਆਪਣਾ ਮਾਰਚ ਜਿਹੜਾ ਲੱਗਦਾ ਨਾ ਪਪੀਤਾ, ਉਹ ਤਕਰੀਬਨ 1 ਫੁੱਟ ਦਾ ਹੋਏਗਾ, ਹੁੰਦਾ ਇੰਨੀ ਕੁ ਟੈਨਿੰਗ ਹੋ ਜਾਂਦੀ ਹੈ। ਹਾਂਜੀ, ਇਹ ਤੁਸੀਂ ਲਾਓਗੇ ਫਿਰ ਉਹਦਾ ਮਸਲਾ ਨਹੀਂ ਹੋਏਗਾ। ਠੀਕ ਹੈ, ਤੁਸੀਂ ਲਾਓਗੇ ਜੀ ਛੋਟਾ ਪੌਦਾ, ਉਹ ਟਾਈਮ ਨਹੀਂ ਹੈ ਉਹਦਾ, ਮਾਰਚ ਵਾਲੇ ਦਾ। ਉਹਦੇ ਬਾਅਦ ਮਈ ਦੇ ਅੰਦਰ ਇੱਕਦਮ ਬਹੁਤ ਗਰਮੀ ਹੋ ਜਾਂਦੀ ਹੈ ਜੀ, ਹੋ ਜਾਂਦੀ। ਇਹਦਾ ਸਰ ਆਈਡੀਅਲ ਟੈਂਪਰੇਚਰ ਕੀ ਹੈ ਪਪੀਤੇ ਦਾ, ਕਿ ਕਿੰਨਾ ਟ੍ਰ੾ਪੀਕਲ ਹੈ ਜੀ? ਪਹਿਲੀ ਗੱਲ ਹੈ ਜੀ, ਪਹਿਲੀ ਗੱਲ ਟ੍ਰੋਪੀਕਲ ਹੈ, ਜਿਸ ਤਰ੍ਹਾਂ ਹੁਣ ਆਈਡੀਅਲ ਅਗਰ ਤੁਹਾਡੇ ਟਾਈਮ ਸਿਰ ਲੱਗਾ ਹੋਇਆ, ਇਹ ਮੌਸਮ 'ਚ ਇਸ ਲਈ ਦੌੜਦਾ, ਇਸ ਲਈ ਉਹ ਸਪੀਡ ਫੜਦਾ, ਬਹੁਤ ਸਪੀਡ ਫੜਦਾ, ਕਿਉਂਕਿ ਟ੍ਰੋਪੀਕਲ ਹੈ ਇਹ। ਬੇਸਿਕਲੀ ਪੰਜਾਬ 'ਚ ਹੁਣ ਹਿਊਮਿਡਿਟੀ ਕਾਫੀ ਜ਼ਿਆਦਾ ਲੰਬੀ ਹੋਣਾ ਸ਼ੁਰੂ ਹੋ ਗਈ ਹੈ, ਬਾਰਿਸ਼ਾਂ ਜ਼ਿਆਦਾ ਹੋਣਾ ਸ਼ੁਰੂ ਹੋ ਗਈਆਂ ਨੇ, ਜਿਹਦੀ ਵਜ੍ਹਾ ਨਾਲ ਤੁਹਾਨੂੰ ਇਹ ਇੱਕ ਸਮਝ ਲਓ ਖੁਸ਼ਖਬਰੀ ਹੈ ਕਿ ਇਹ ਜਿਹੜਾ ਕੰਮ ਕਰਾਚੀ ਸਿੰਧ ਵਾਲੇ ਕਰਦੇ ਸੀ, ਉਹ ਤੁਸੀਂ ਹੁਣ ਇੱਥੇ ਵੀ ਕਰ ਸਕਦੇ ਹੋ। ਅੱਛਾ, ਦੂਸਰਾ ਸਰ, ਇਹਦੇ ਪਾਣੀ ਦੀ ਜ਼ਰੂਰੀਅਤ ਇਸ ਪੌਦੇ ਨੂੰ ਕਿੰਨੀ ਰਹਿੰਦੀ ਹੈ? ਕਿੰਨੀ ਦੇਰ ਬਾਅਦ ਇਹਦੀ ਆਪਣਾ ਜਿਹੜੀ ਉਹ ਪਾਣੀ ਲਗਾਉਣਾ ਚਾਹੀਦਾ, ਕਿੰਨਾ ਇਹਨੂੰ ਪਾਣੀ ਤੋਂ ਮਹਿਫੂਜ਼ ਰੱਖਣਾ ਚਾਹੀਦਾ, ਉਹਦਾ ਕੀ ਸਿਲਸਿਲਾ? ਸਰ, ਪਾਣੀ ਤਾਂ ਡਾਇਰੈਕਟ ਤਣੇ ਲੱਗਣਾ ਹੀ ਨਹੀਂ ਚਾਹੀਦਾ, ਕਦੀ ਨਹੀਂ ਲੱਗਣਾ। ਅੱਛਾ, ਤਣੇ ਨੂੰ ਨਹੀਂ ਲਾਣਾ? ਤਣੇ ਨੂੰ ਪਾਣੀ ਲੱਗਣਾ ਹੀ ਨਹੀਂ, ਪਾਣੀ ਤਣੇ ਤੱਕ ਪਹੁੰਚ ਗਿਆ ਤੇ ਪੌਦਾ ਗਿਆ, ਫਿਰ ਲੱਲਾ ਹੋ ਗਿਆ। ਪਾਣੀ ਦੀ ਰੇਂਜ ਪਹੁੰਚਣੀ ਚਾਹੀਦੀ ਹੈ, ਉਹ ਵੀ ਇੱਕ ਲਿਮਿਟ ਤੱਕ, ਤੁਸੀਂ ਬਹੁਤ ਜ਼ਿਆਦਾ ਪਾਣੀ ਨੂੰ ਨਹੀਂ ਦੇ ਸਕਦੇ। ਅੱਛਾ, ਜਿਵੇਂ ਭਾਈ ਨੇ ਕਿਹਾ ਨਾ ਕਿ ਪਹਿਲੇ ਟੈਸਟ ਕਰਾਓ ਜ਼ਮੀਨ ਦਾ, ਅਗਰ ਤੁਹਾਡੀ ਜ਼ਮੀਨ ਚਿਕਣੀ ਹੈ, ਪਾਣੀ ਰੋਕਦੀ ਹੈ, ਫਿਰ ਪਪੀਤਾ ਨਾ ਲਾਓ, ਫਿਰ ਪਪੀਤਾ ਨਾ ਲਾਓ। ਅੱਛੀ ਜਿਹੜੀ ਪਾਣੀ ਡਰੇਨ ਕਰਨ ਵਾਲੀ ਮੇਰਾ ਜ਼ਮੀਨ ਹੈ, ਰੇਤਲੀ ਜ਼ਮੀਨ ਹੈ, ਉਹਦੇ 'ਚ ਬਿਹਤਰੀਨ ਹੈਗਾ, ਜਿੱਥੇ ਪਾਣੀ ਖੜਾ ਹੋਵੇਗਾ ਨਹੀਂ ਲੱਗਣਾ। ਪਾਣੀ ਓਵਰਡੋਜ਼ ਅਗਰ ਤੁਸੀਂ ਲਾ ਲਿਆ, ਫਰਜ਼ ਕਰੋ ਜੀ ਪਾਣੀ ਜ਼ਮੀਨ ਠੀਕ ਹੈ ਜੀ, ਪਾਣੀ ਖੜਾ ਨਹੀਂ ਹੁੰਦਾ, ਤੁਸੀਂ ਲਾ ਦਿੱਤਾ, ਬਾਰਿਸ਼ਾਂ ਹੋ ਗਏ ਨੇ, ਫੌਰਨ ਉਹਦਾ ਪਾਣੀ ਡਰੇਨ ਕਰਨਾ ਨਾਲ ਲਿਆ ਜ਼ਮੀਨਾਂ 'ਚ, ਅਗਰ ਤੁਸੀਂ ਡਰੇਨ ਨਹੀਂ ਕਰ ਰਿਹਾ ਤੁਸੀਂ ਰੈਡੋ ਮਾਲ, ਇੱਕ ਦੋ ਚੀਜ਼ਾਂ ਹੋਰ ਨੇ ਸੀਟਾਂ ਮੈਂ ਪੜੇ, ਤੁਸੀਂ ਉਹਦੇ ਸਪਰੇ ਐਡਵਾਂਸ ਹਫਾਜ਼ਤੀ ਕੀ ਆਪਣਾ ਪਹਿਲੇ ਹੀ ਕਰ ਦੇਣੇ ਨੇ। ਕਿੰਨੇ ਦਿਨ ਰਿਪੀਟ ਕਰਨ ਪਹਿਲੇ ਕਰ ਦਿਓ ਰੂਟੀਨ 'ਚ, ਤੁਸੀਂ ਕਰਦੇ ਰਹੋ ਹਲਕੀ, ਮਤਲਬ 8 ਦਿਨ 15 ਦਿਨ ਉਹ ਰਿਪੀਟ ਕਰਦੇ ਰਹਿਣਾ ਚਾਹੀਦਾ। ਅਸਲ ਗੱਲ ਹੈ ਜੀ, ਬਾਰਿਸ਼ ਦੇ ਹਿਸਾਬ ਨਾਲ, ਅੱਜ ਕੱਲ੍ਹ ਪਤਾ ਨਹੀਂ, ਸਮਝ ਹੀ ਨਹੀਂ ਆ ਰਹੀ ਬਾਰਿਸ਼ ਦੀ। ਹਾਂਜੀ ਹਾਂਜੀ, ਅਗਰ ਬਾਰਿਸ਼ ਨਹੀਂ ਹੈ ਤਾਂ ਐਵੇਂ ਤੁਸੀਂ ਤੁਹਾਨੂੰ ਕਹੀ ਕਿ ਸਪਰੇਅ ਕਰਦੇ ਰਹੋ ਤਾਂ ਫਾਇਦਾ ਕੋਈ ਨਹੀਂ ਉਹਦਾ। ਸਹੀ ਹੈ, ਬਾਰਿਸ਼ ਦੇ ਹਿਸਾਬ ਨਾਲ, ਅਗਰ ਬਾਰਿਸ਼ ਜ਼ਿਆਦਾ ਹੋ ਰਹੀ ਹੈ ਤੁਸੀਂ ਸਪਰੇਅ ਰੱਖੋ, ਫਿਰ ਸਪਰੇਅ ਕਰਨੀ ਚਾਹੀਦੀ। ਠੀਕ ਹੈ, ਅੱਛਾ, ਪਾਣੀ ਕਿੰਨੇ ਦਿਨਾਂ ਬਾਅਦ ਲਾਉਣਾ ਚਾਹੀਦਾ, ਅਪ੍ਰੈਲ ਮਈ ਜੂਨ ਦੇ ਵਿੱਚ? ਸਰ, ਪਾਣੀ ਨੂੰ ਹਫ਼ਤੇ ਬਾਅਦ ਲੱਗਦਾ, ਥੋੜ੍ਹਾ ਜਿਹਾ ਹਫ਼ਤੇ ਬਾਅਦ ਲਾਉਣਾ, ਥੋੜ੍ਹਾ ਲਾਉਣਾ। ਬਿਲਕੁਲ ਜੀ, ਠੀਕ ਹੋ ਗਿਆ ਜੀ। ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ ਵੈਰੀ ਮੱਚ ਜੀ।